ਔਰ ਅੱਗੇ ਤੁਸੀਂ ਦੇਖੋ ਹੰਸਰਾਜ ਦਾ ਵਿਰੋਧ ਹੋ ਰਿਹਾ, ਬਿਲਕੁਲ ਹੋ ਰਿਹਾ। ਬਹੁਤ ਹੋ ਰਿਹਾ। ਮੈਨੂੰ ਇੱਕ ਚੀਜ਼ ਦਾ ਨਾ ਤਰਸ ਆਉਂਦਾ ਵੀ ਉਹਨੂੰ ਆਪਾਂ ਇਕੱਲੇ ਨੂੰ ਘੇਰੀ ਜਾ ਰਹੇ ਹਾਂ, ਬਾਕੀ ਕੈਂਡੀਡੇਟ 500-500 ਬੰਦਾ ਲੈ ਕੇ ਫਿਰ ਰਹੇ ਨੇ ਯਾਰ, ਮਤਲਬ ਆਹ ਕਰ ਰਹੇ ਨੇ, ਇੱਕ ਪਲੈਨਡ ਤਰੀਕੇ ਨਾਲ ਹੋ ਰਿਹਾ। ਕੱਲ ਮੇਰੇ ਕੋਲ ਬੀਜੇਪੀ ਵਾਲੇ ਬੈਠੇ ਸੀਗੇ ਕੋਈ, ਉਹ ਕਹਿੰਦੇ ਯਾਰ ਆਉਣ ਵਾਲੇ ਦਿਨਾਂ 'ਚ ਅਸੀਂ ਕੁੱਟ ਵੀ ਖਾਣੀ ਹੈ, ਅੱਛਾ ਜਾਣ ਬੁੱਝ ਕੇ ਵੀ ਜਦੋਂ ਤੁਹਾਨੂੰ ਕੁੱਟਣਗੇ, ਗੰਦੀਆਂ ਗਾਲਾਂ ਕੱਢਣਗੇ, ਉਹ ਵਾਇਰਲ ਕਰ ਰਹੇ ਨੇ ਮਤਲਬ ਵੀਡੀਓਜ਼ ਆਪਣੀਆਂ, ਹੈ ਨਾ। ਉਹਦੇ ਵਿੱਚ ਫਿਰ ਜਿਹੜੇ ਮਤਲਬ ਸੌਫਟ ਜਿਹੜੇ ਹਾਰਟ ਲੋਕ ਹੁੰਦੇ ਨੇ ਉਹ ਸੋਚਦੇ ਯਾਰ ਬੜਾ ਧੱਕਾ ਹੋਣ ਡਿਆ, ਵਿਆਹ ਮਾੜਾ। ਹੰਸਰਾਜ ਨਾਲ ਵੀ ਇਹੀ ਹੋ ਰਿਹਾ, ਬਾਕੀ ਸੀਟਾਂ ਦੇ ਇੱਕ ਪਲੈਨਡ ਤਰੀਕੇ ਦੇ ਨਾਲ। ਅੱਜ ਧਰਨਾ ਕਿੰਨੇ ਦਿਨਾਂ ਦਾ ਰੇਲਵੇ ਟਰੈਕ ਦੇ ਉੱਤੇ ਆ ਜੀ, ਕਾਫੀ ਦਿਨ ਟ੍ਰੇਨਸ ਬੰਦ ਨੇ, 15-20 ਦਿਨ ਤੋਂ। ਬਿਲਕੁਲ, ਕੀ ਉਹਨਾਂ ਨਾਲ ਗੱਲ ਕਰਕੇ ਉਠਾਇਆ ਨਹੀਂ ਜਾ ਸਕਦਾ, ਉਠਾਇਆ ਜਾ ਸਕਦਾ? ਇਹ ਵੀ ਪਲੈਨਡ ਹੈ ਕਿ ਲੋਕ ਦੁਖੀ ਹੋਣ, ਲੋਕਾਂ ਦੇ ਮਨ 'ਚ ਆਵੇ ਵੀ ਯਾਰ ਬੀਜੇਪੀ ਜਿੱਦਾਂ ਪਿੱਛੇ ਜੇ ਇੱਕ ਮੁਹਿੰਮ ਚੱਲੀ ਸੀ ਯੋਗੀ ਚੁਣ ਲਓ ਜੀ ਗੈਂਗਸਟਰ ਖਤਮ ਹੋ ਜਾਣਗੇ, ਯੋਗੀ ਚੁਣ ਲਓ ਜੀ ਯੋਗੀ ਵਰਗਾ ਰਾਜ ਹੋਣਾ ਚਾਹੀਦਾ, ਉਹ ਵੀ ਇੱਕ ਪਲੈਨਡ ਹਿੱਸਾ ਹੈ, ਲੋਕ ਸਮਝ ਹੀ ਨਹੀਂ ਪਾ ਰਹੇ। ਉਹ ਪਾਰਟੀਜ਼ ਬਹੁਤ ਵੱਡੀਆਂ ਨੇ, ਉਹਨਾਂ ਕੋਲ ਸੋਰਸ ਬਹੁਤ ਵੱਡੇ ਨੇ, ਉਹਨਾਂ ਕੋਲ ਮਤਲਬ ਸਾਧਨ ਬਹੁਤ ਵੱਡੇ ਨੇ, ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ, ਉਹ ਕਿਸ ਤਰੀਕੇ ਮਤਲਬ ਇਹ ਚਾਲ ਚੱਲ ਰਹੀਆਂ ਲੋਕਾਂ ਦੀ ਸਮਝ ਨਹੀਂ ਆ ਰਿਹਾ। ਇਹ ਲੋਕਾਂ ਨੂੰ ਹੁਣ ਉਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਜਦੋਂ ਪੰਜਾਬ ਇਹਨਾਂ ਦੇ ਹੱਥਾਂ 'ਚੋਂ ਨਿਕਲ ਚੁੱਕਾ। ਆਊਟਸਾਈਡਰ ਲੋਕ ਇੱਥੇ ਆ ਰਹੇ ਨੇ, ਬਾਹਰਲੀਆਂ ਸਟੇਟਾਂ 'ਚ, ਮੰਨ ਲਓ ਯੋਗੀ ਦੇ ਆ ਰਹੇ ਹੋ ਤੁਸੀਂ, ਗੁਜਰਾਤ ਚਲੋ, ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਸੀਗੇ ਉੱਥੋਂ ਡਰਦੇ ਇੱਧਰ ਭੱਜ ਆਏ, ਕਰੋੜਾਂ ਰੁਪਈਆਂ ਦੀਆਂ ਦੁਕਾਨਾਂ ਖਰੀਦ ਰਹੇ ਨੇ, ਕਰੋੜਾਂ ਰੁਪਈਆਂ ਦੇ ਉਹ ਘਰ ਖਰੀਦ ਰਹੇ ਨੇ। ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਸੀ, ਮਾਇੰਡ ਥੋੜ੍ਹੀ ਉਹਨਾਂ ਦਾ ਮਤਲਬ ਸੈੱਟ ਹੋ ਜੂ। ਅੱਜ ਗੋਲਡਨ ਟੈਂਪਲ ਦੇ ਕੋਲ ਜਾਓ ਤੁਸੀਂ, ਬਹੁਤ ਸਾਰੇ ਹੋਟਲ ਨੇ ਜਿਹੜੇ ਘਰਾਂ ਦੇ ਵਿੱਚ ਬਣੇ ਨੇ, ਔਰ ਬਲਕ 'ਚ ਤੁਹਾਨੂੰ ਇਹੋ ਜਿਹੇ ਹੋਟਲਸ ਮਿਲਣਗੀਆਂ ਜਿਹਨਾਂ ਨੂੰ ਮਤਲਬ ਉੱਤਰ ਪ੍ਰਦੇਸ਼, ਯੂਪੀ ਤੋਂ, ਗੁਜਰਾਤ ਤੋਂ ਮੁਸਲਿਮ ਜਿਹੜੇ ਕਮਿਊਨਿਟੀ ਦੇ ਲੋਕ ਨੇ ਉਹ ਆ ਕੇ ਰਨ ਕਰ ਰਹੇ ਨੇ, ਉਹ ਉੱਥੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ, ਯੋਗੀ ਅਤੇ ਗੁਜਰਾਤ ਦੇ ਵਿੱਚ ਇੱਥੇ ਸ਼ਿਫਟ ਹੋ ਗਏ, ਪੰਜਾਬ ਨੂੰ ਬੁਰੀ ਤਰ੍ਹਾਂ ਉਲਝਾ ਕੇ ਰੱਖ ਦਿੱਤਾ। ਮੈਂ ਕਹਿੰਦਾ, ਮੈਂ ਸਭ ਤੋਂ ਪਹਿਲਾਂ ਵਿਜੇ ਰੂਪਾਨੀ ਇਹਨਾਂ ਦੇ ਮੈਨੂੰ ਮਿਲਦੇ ਨੇ ਅੱਜ ਤੋਂ 6-8 ਮਹੀਨੇ ਪਹਿਲਾਂ ਵੀ ਤੁਸੀਂ ਜੁਆਇਨ ਕਰੋ ਇਹਨਾਂ ਦੇ, ਉਹ RSS ਦੇ ਜਿਹੜੇ ਹੈੱਡ ਨੇ ਇੱਥੇ ਸ਼੍ਰੀਨਿਵਾਸੂ ਜੀ, ਉਹਨਾਂ ਨੇ ਮੇਰੀਆਂ ਕਈ ਮੀਟਿੰਗਸ, ਵੈਸੇ ਮਤਲਬ ਜਾਤੀ ਤੌਰ 'ਤੇ ਵਧੀਆ ਇੱਕ ਦੂਜੇ ਨਾਲ ਮਤਲਬ ਮਿਲੀ ਦਾ ਗਿਲੀ ਦਾ, ਮੈਨੂੰ ਕਹਿੰਦੇ ਜੀ ਜੁਆਇਨ, ਮੈਂ ਕਿਹਾ ਜੀ ਜ਼ਰੂਰ ਕਰ ਲੂੰਗਾ, ਪੰਜਾਬ ਲਈ ਕੋਈ ਕੰਮ 'ਤੇ ਕਰੋ, ਸਾਡਾ ਬਾਰਡਰ 'ਤੇ ਖੋਲ੍ਹੋ, ਸਾਡੇ ਲੋਕਾਂ ਨੂੰ ਕੋਈ ਰੁਜ਼ਗਾਰ 'ਤੇ ਦਿਓ। ਤੁਸੀਂ ਅੱਜ ਅਡਾਨੀ ਬਾਨੀ ਨੂੰ ਕਹਿ ਦਿਓ ਵੀ ਪੰਜਾਬ ਦੇ ਵਿੱਚ 10,000 ਕਰੋੜ ਰੁਪਈਆ ਇਨਵੈਸਟ ਕਰਨਾ, ਉਹ ਤੁਹਾਨੂੰ ਨਾ ਕਰਨਗੇ। ਪਰ ਪੰਜਾਬ ਦਾ ਮਾਹੌਲ ਦੁਨੀਆਂ 'ਚ ਪਤਾ ਕੀ ਦਿਖਾਇਆ ਜਾ ਰਿਹਾ, ਜਿੱਦਾਂ ਫਿਲਮਾਂ ਦੇ ਵਿੱਚ ਉਹ ਵਿਲਨ ਸੀ ਨਾ ਪ੍ਰੇਮ ਚੋਪੜਾ, ਮਤਲਬ ਅਮਰੀਸ਼ ਪੁਰੀ, ਆਹ ਕਿਰਦਾਰ ਸਾਡਾ ਫੋਰਨ 'ਚ ਤੁਸੀਂ ਲਾ ਲਓ, ਆਊਟ ਆਫ ਸਟੇਟਸ ਦੇ ਵਿੱਚ ਦਿਖਾਇਆ ਜਾ ਰਿਹਾ ਵੀ ਪੰਜਾਬ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ, ਇੱਥੇ ਕੋਈ ਇਨਵੈਸਟ ਕਰਨ ਦੀ ਲੋੜ ਨਹੀਂ। ਇਹ ਪੂਰੀ ਸਾਜਿਸ਼ ਦੇ ਤਹਿਤ, ਉਸ ਤਰ੍ਹਾਂ ਅਸੀਂ ਜਿੱਤੇ ਨਹੀਂ ਗਏ, ਉਸ ਤਰ੍ਹਾਂ ਸਾਡੇ ਉੱਤੇ ਕਬਜ਼ਾ ਨਹੀਂ ਹੋਇਆ, ਪਰ ਇਸ ਤਰੀਕੇ ਇਹਦੇ ਉੱਤੇ ਪੂਰਨ ਤੌਰ 'ਤੇ ਉਹਨਾਂ ਦਾ ਕਬਜ਼ਾ ਹੋ ਚੁੱਕਾ ਹੋ ਚੁੱਕਾ ਹੈ। ਬਿਲਕੁਲ ਸਹੀ ਗੱਲ ਹੈ। ਇਹ ਆਪਾਂ ਨਾ, ਮੈਨੂੰ ਇੱਕ ਮੇਰਾ ਰਿਸ਼ਤੇਦਾਰ ਹੈ, ਬੱਚੇ ਉਹਦੇ ਦੋਵੇਂ ਕਰਨ ਬਾਹਰ ਨੇ, ਇੱਕ ਦਿਨ ਮੈਨੂੰ ਇੱਕ ਵਿਆਹ ਸਮਾਗਮ ਦੇ ਵਿੱਚ ਮਿਲਦਾ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਪੰਜਾਬ ਦੇ ਵਿੱਚ ਨਾ ਬੜਾ ਪਲੈਨਡ ਤਰੀਕੇ ਨਾਲ ਪੰਜਾਬੀਅਤ ਨੂੰ, ਇਹ ਲੋਕ ਸਿੱਖ ਸਿੱਖ ਰੌਲਾ ਪਾਉਂਦੇ, ਮੈਂ ਨਹੀਂ ਉਸ ਚੱਕਰ 'ਚ ਪੈਂਦਾ, ਪੰਜਾਬੀਅਤ ਹੀ ਖਤਮ ਕੀਤੀ ਹੈ, ਪੰਜਾਬੀਅਤ ਹੀ ਖਤਮ, ਬਿਲਕੁਲ, ਹੈ ਨਾ। ਉਹ ਮੈਨੂੰ ਅੱਗੋਂ ਬੜੇ ਫਖਰ ਨਾਲ ਨਾ, ਉਹ ਸਾਡੀ ਕੌਮ ਕਈ ਵਾਰੀ ਮਰੀ ਕਈ ਵਾਰੀ ਉੱਠੀ, ਇਹ ਨਹੀਂ ਖਤਮ ਹੋ ਸਕਦੀ। ਮੈਂ ਕਿਹਾ ਯਾਰ ਇਹ ਫੁਕਰਪੁਣਾ ਹੀ ਲੈ ਬੈਠਾ ਸਾਨੂੰ ਤੇ ਸਾਡੀ ਕੌਮ ਨੇ। ਬੱਚੇ ਤੇਰੇ ਦੋਵੇਂ ਬਾਹਰ ਨੇ, ਕਿਹੜੀ ਕੌਮ ਦੀਆਂ ਗੱਲਾਂ ਕਰਦੇ ਹੋ ਯਾਰ ਤੁਸੀਂ? ਮਤਲਬ ਇਹ ਬੜੀ ਵੱਡੀ ਸਾਡੇ ਸਮਾਜ ਦੇ ਵਿੱਚ ਪ੍ਰੋਬਲਮ ਹੈ ਵੀ ਅਸੀਂ ਆ, ਸਾਨੂੰ ਕੋਈ ਨੀ, ਇਹਨਾਂ ਨੂੰ ਪਤਾ ਨੀ ਲੱਗਦਾ ਵੀ ਥੱਲੇ ਜੜ੍ਹਾਂ ਤੇ ਤੁਹਾਡੀਆਂ ਵੱਢ ਦਿੱਤੀਆਂ। ਅਗਲੀ ਦੂਸਰੀ ਤੀਸਰੀ ਪੀੜ੍ਹੀ 'ਚ ਸ਼ਾਇਦ ਬਾਈ ਭਾਸ਼ਾ ਹੀ ਖਤਮ ਹੋ ਜਾਏ, ਖਤਮ ਹੈ ਉਹ ਪੜ੍ਹਨਾ, ਤੁਹਾਡਾ ਕਲਚਰ ਖਤਮ ਹੈ। ਅੱਗੇ ਆਓ, ਮੈਂ ਇੱਕ ਹੋਰ ਮੁਹਿੰਮ ਚਲਾਈ ਹੈ, ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਮੁਹੱਲਿਆਂ ਦੇ ਵਿੱਚ ਜਾਓ, ਤੁਹਾਡੇ ਪਿੰਡਾਂ 'ਚ ਵੀ ਹੋਣਗੇ, ਕਈ ਥਾਵਾਂ 'ਤੇ ਬਹੁਤ ਗੁਰਦੁਆਰੇ ਹੁੰਦੇ, ਗਲੀਆਂ ਵਾਈਜ਼ ਹੀ ਹੁੰਦੇ ਨੇ, ਮਤਲਬ ਮੁਹੱਲੇ ਦੇ ਵਿੱਚ ਤੁਸੀਂ ਉੱਥੇ ਜਾ ਕੇ ਦੇਖੋ, ਨਾਂ ਨਿਸ਼ਾਨ ਸਾਹਿਬ ਹੈ, ਮੰਦਰਾਂ ਦੇ ਵਿੱਚ ਝੰਡੇ ਬਦਲਣ ਵਾਲੇ ਨੇ, ਮਤਲਬ ਪੁਰਾਣੇ ਨੇ,
ਹਾਲਤ ਨਹੀਂ ਠੀਕ, ਦਰੀਆਂ ਨਹੀਂ ਹੈਗੀਆਂ। ਉਹਦਾ ਕਾਰਨ ਕੀ ਹੈ? ਜਿਹੜੇ ਪ੍ਰਧਾਨ ਸੀਗੇ ਉਹ ਬਜ਼ੁਰਗ ਹੋ ਚੁੱਕੇ ਨੇ ਤੇ ਸੇਵਾ ਨਵੀਂ ਪੀੜ੍ਹੀ ਨਹੀਂ ਹੈਗੀ ਅੱਗੇ। ਅਤੇ ਮੈਂ ਜਿੱਥੇ ਫਿਰ ਕਿਤੇ ਜਾਂਦਾ ਤਾਂ ਮੈਨੂੰ ਕਹਿੰਦਾ ਯਾਰ ਇੱਥੇ ਆਪਾਂ ਨਿਸ਼ਾਨ ਸਾਹਿਬ ਚੜ੍ਹਾਉਣਾ ਜਾਂ ਇਸ ਮੰਦਰ ਦੇ ਵਿੱਚ ਆਪਾਂ ਝੰਡਾ ਚੜ੍ਹਾਉਣਾ, ਹੈ ਨਾ। ਮਤਲਬ ਇੱਕ ਪਛਾਣ, ਤੁਹਾਡਾ ਕਲਚਰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਡਾ ਧਰਮ ਧਾਰਮਿਕ ਜਿਹੜੀ ਆਸਥਾ ਸੀ ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਡਾ ਸੱਭਿਆਚਾਰ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਪੁੱਛਦਾ, ਆਪਦੇ ਮਦਰ ਨੂੰ ਪੁੱਛੋ ਜਾ ਕੇ ਜੀ, ਆਪਦੇ ਫਾਦਰ ਨੂੰ ਪੁੱਛੋ ਜਾ ਕੇ, ਜਦੋਂ ਤੁਸੀਂ ਗਲੀ ਮਹੱਲੇ ਦੇ ਵਿੱਚ ਰਹਿੰਦੇ ਸੀਗੇ, ਹਰ ਸੰਡੇ ਨੂੰ ਮੰਦਰ ਜਾਂ ਗੁਰਦੁਆਰੇ 'ਚ ਇੱਕ ਸਮਾਗਮ ਹੁੰਦਾ ਸੀ, ਹੁੰਦਾ ਸੀ, ਚਾਹੇ ਸੁਖਮਣੀ ਸਾਹਿਬ ਦਾ ਪਾਠ ਹੋਣਾ ਜੀ, ਚਾਹੇ ਤੁਸੀਂ ਉਹ ਭਗਵਦ ਗੀਤਾ ਲਾ ਲਓ ਜਾਂ ਰਮਾਇਣ ਦੀ ਕਥਾ ਹੋਣੀ ਕੋਈ ਨਾ ਕੋਈ, ਉਸ ਤਰੀਕੇ ਸਾਰੇ ਲੋਕ ਕਿਸੇ ਨੇ ਆਪਣੇ ਘਰੋਂ ਮਤਲਬ ਆਹ ਲੈ ਕੇ ਆਉਣਾ ਤੇ ਕਿਸੇ ਨੇ ਉੱਥੇ ਪ੍ਰਸ਼ਾਦ ਦੇ ਤੌਰ ਤੇ ਕੁਛ ਆਉਣਾ, ਸਾਰਿਆਂ ਨੇ ਆਪਸ 'ਚ ਮਿਲ ਕੇ ਤੇ ਉਹਨੂੰ ਮਨਾਉਣਾ। ਬਿਲਕੁਲ, ਅੱਜ ਕਿਸੇ ਗੁਰਦੁਆਰੇ 'ਚ ਤੁਹਾਨੂੰ ਸੰਡੇ ਦੇ ਤਾਂ, ਅੱਜ ਕੱਲ੍ਹ ਤੇ ਮੇਰੇ ਖਿਆਲ ਮੰਦਰਾਂ ਗੁਰਦੁਆਰਿਆਂ 'ਚ ਟੇਪ ਲਾ ਦਿੱਤੀ ਜਾਂਦੀ ਹੈ ਟਾਈਮ ਦੇ ਸਿਰ ਹੀ, ਹੁਣ ਤੇ ਮੇਰੇ ਖਿਆਲ ਉਹ ਵੀ ਸਿਸਟਮ ਨਹੀਂ ਰਿਹਾ ਵੀ ਉੱਠ ਕੇ ਪਾਠੀ ਨੂੰ ਜਾਂ ਕਿਸੇ ਨੂੰ ਸੁੱਚ ਨੱਪਣਾ ਪਵੇ, ਆਪਣੇ ਆਪ ਹੀ ਚੱਲ ਪਿਆ, ਆਟੋ ਸਿਸਟਮ ਹੀ ਆ ਗਿਆ ਕਿ ਇੰਨੇ ਵਜੇ ਆਉਣ, ਇੰਨੇ ਵਜੇ ਤੋਂ ਮਤਲਬ ਐਕੂਰੇਟ ਉਹ 4 ਵਜੇ ਆਉਣ ਜੀ, 5 ਵਜੇ ਆਉਣ। ਇਹ ਇਸ ਤਰੀਕੇ ਤੁਹਾਡਾ ਧਰਮ ਤੇ ਇਸ ਤਰੀਕੇ ਤੁਹਾਡਾ ਵਿਰਸਾ ਜਿਹੜਾ ਬਚੂਗਾ ਜੀ, ਤੁਹਾਨੂੰ ਪਲੈਨਡ ਤਰੀਕੇ ਨਾਲ ਖਤਮ ਕਰ ਦਿੱਤਾ ਗਿਆ। ਮੈਂ ਕੈਨੇਡਾ ਗਿਆ ਨਾ, ਮੈਂ ਪਿਛਲੀ ਵਾਰੀ ਵੀ ਗਿਆ ਸੀ, ਮੈਂ ਹੁਣ ਵੀ ਤੁਹਾਨੂੰ ਦੱਸ ਰਿਹਾ, ਉੱਥੇ ਨੇਟਿਵ ਇੰਡੀਅਨ ਸੀਗੇ ਜਿਹੜੇ ਪ੍ਰੋਪਰ ਕੈਨੇਡੀਅਨ ਸੀਗੇ। ਕੈਨੇਡਾ ਜਿਹੜਾ ਐਕਚੁਲੀ ਉਹ ਰਿਫਿਊਜ਼ੀ, ਮਤਲਬ ਕੋਈ ਪੰਜਾਬੀ, ਕੋਈ ਗੁਜਰਾਤੀ, ਕੋਈ ਅਮਰੀਕਾ ਤੋਂ, ਕੋਈ ਸੀਰੀਆ ਤੋਂ, ਇਸ ਤਰ੍ਹਾਂ ਲੋਕ, ਮਤਲਬ ਆਪਣੀ ਵਾਦੀ ਘੱਟ ਹੈ ਜਿਹੜੇ ਉੱਥੇ ਪ੍ਰੋਪਰ ਕੈਨੇਡੀਅਨ ਸੀਗੇ, ਉਹ ਆਪਣਾ ਦੇਸ਼ ਤੇ ਆਪਣਾ ਸਮਾਜ ਬਚਾਉਣ ਲਈ ਬੜਾ ਉਹ ਜੂਝਦੇ ਸੀਗੇ। ਉਹਨਾਂ ਨੂੰ ਆਟੇ ਦਾਲ ਦੇ ਉੱਤੇ ਲਾ ਦਿੱਤਾ ਗਿਆ, ਉਹਨਾਂ ਨੂੰ ਸ਼ਰਾਬ ਤੇ ਨਸ਼ੇ ਦੇ ਉੱਤੇ ਲਾ ਦਿੱਤਾ ਗਿਆ। ਕੈਨੇਡਾ 'ਚ ਇਹੋ ਜਿਹੀਆਂ ਕਈ ਜਗ੍ਹਾ ਨੇ ਜਿੱਥੇ ਪੁਲਿਸ ਹੀ ਨਹੀਂ ਜਾਂਦੀ, ਠੀਕ ਹੈ। ਉਹਨਾਂ ਨੂੰ ਮੰਥਲੀ ਸ਼ਰਾਬ ਦਿੱਤੀ ਜਾਂਦੀ ਹੈ, ਮੰਥਲੀ ਆਹ ਦਿੱਤਾ ਜਾਂਦਾ, ਹੌਲੀ ਹੌਲੀ ਉਹ ਖਤਮ ਹੀ ਕਰ ਦਿੱਤੇ ਗਏ। ਸੇਮ ਇੱਥੇ ਜਿਹੜਾ ਪੰਜਾਬ ਦੇ ਵਿੱਚ ਉਹ ਸਿਸਟਮ ਬਣਾ ਕੇ ਰੱਖ ਦਿੱਤਾ ਗਿਆ ਕਿ ਤੁਹਾਨੂੰ ਖਤਮ ਕਿੱਦਾਂ ਕਰਨਾ, ਤੁਹਾਡਾ ਆਪਣੀ ਕੋਈ ਹੋਂਦ ਨਹੀਂ ਰਹਿ ਗਈ, ਤੁਹਾਡੇ ਕੋਈ ਬੱਚੇ ਜਿਹੜੇ IPS IAS ਮਤਲਬ ਅਫਸਰ ਬਣ ਹੀ ਨਹੀਂ ਰਹੇ, ਨਹੀਂ ਬਣ ਰਹੇ। ਤੁਸੀਂ ਮੈਨੂੰ ਪੂਰੇ ਸੈਕਟਰੀਏਟ 'ਚ ਦੱਸੋ ਕਿੰਨੇ ਪੰਜਾਬੀ ਨੇ, ਪਰ ਕਈ ਲੋਕ ਨਾ ਗਲਤ ਲੈ ਲੈਂਦੇ, ਮੈਂ ਸਰਦਾਰ ਨਹੀਂ ਕਹਿ ਰਿਹਾ, ਪੰਜਾਬੀ ਗੁਪਤਾਸ, ਪੰਜਾਬੀ ਬਰਾੜ, ਪੰਜਾਬੀ ਸ਼ਰਮਾ, ਜਿਹੜੇ ਜਿਹੜੇ ਉਡਾੜਾ ਪੜ੍ਹ ਲੈਣ। ਹਾਂਜੀ, ਤੁਸੀਂ ਮੈਨੂੰ ਦੱਸੋ ਤੁਹਾਡਾ ਕਲਚਰ, ਤੁਹਾਡੀ ਸੱਭਿਅਤਾ, ਫੈਸਲੇ ਤੇ ਉਹਨਾਂ ਲੋਕਾਂ ਹੀ ਕਰਨੇ ਹੁੰਦੇ ਨੇ ਨਾ ਲਾਗੂ, ਉਹਨਾਂ ਹੀ ਸਕੀਮਸ ਲੈ ਕੇ ਆਉਣੀਆਂ ਹੁੰਦੀਆਂ ਨੇ ਨਾ, ਉਹ ਲੋਕ ਤੁਹਾਡੇ ਮਤਲਬ ਇਹ ਖਤਮ ਹੀ ਕਰ ਦਿੱਤੇ ਗਏ। ਤੁਸੀਂ ਅੱਗੇ ਜਾਓ, ਮੈਂ ਥਾਈਲੈਂਡ ਗਿਆ ਇੱਕ ਦਿਨ, ਮੇਰੀ ਆਦਤ ਹੈ, ਬੜੀ ਮੇਰੀ ਮਾੜੀ ਆਦਤ ਹੈ ਕਿ ਮੈਂ ਖਾਣਾ ਆਪਣੀ ਲੋੜ ਤੋਂ ਵੱਧ ਪਾ ਲੈਂਦਾ, ਮੈਨੂੰ ਜੂਠਾ ਛੱਡਣ ਦੀ ਆਦਤ। ਅੱਛਾ, ਹੈ ਨਾ, ਬੜੀ ਕੋਸ਼ਿਸ਼ ਕਰਦਾ ਵੀ ਸੁਧਾਰਿਆ ਜਾਵੇ, ਬਹੁਤ ਘੱਟ ਕਰਨ ਦੀ ਕੋਸ਼ਿਸ਼ ਕਰਦਾ। ਉੱਥੇ ਵੀ ਕਿਤੇ ਬਾਹਰ ਬੈਠੇ ਹੋਣਾ ਸਮੁੰਦਰ ਤੇ, ਤੇ ਜਦੋਂ ਖਾਣਾ ਲੈ ਲੈਣਾ ਤੇ ਜੇ ਵਧਣਾ ਤੇ ਮੈਂ ਨਾ ਉੱਥੇ ਉਹ ਕਬੂਤਰਾਂ ਨੂੰ ਪਾਉਣਾ ਸ਼ੁਰੂ ਕੀਤਾ। ਔਰ ਤੁਸੀਂ ਮੰਨੋਗੇ, ਇੱਕ ਪੁਲਿਸ ਵਾਲਾ ਮੇਰੇ ਕੋਲ ਆ ਗਿਆ, ਉਹ ਮੈਨੂੰ ਕਹਿੰਦਾ ਕਿ ਜੇ ਤੂੰ ਲੋਕਲ ਹੁੰਦਾ, ਨਾਲ ਮੇਰੇ ਬੰਦਾ ਖੜਾ ਵੀ ਉਹ ਦੱਸ ਰਿਹਾ ਕੀ ਕਹਿ ਰਿਹਾ ਤੈਨੂੰ, ਜੇ ਤੂੰ ਲੋਕਲ ਹੁੰਦਾ ਤੇ ਤੈਨੂੰ ਫੜ ਕੇ ਅੰਦਰ ਦੇ ਦੇਣਾ ਸੀ ਇਸ ਜੁਰਮ ਦੇ ਵਿੱਚ, ਖਾਣਾ ਵੱਧ ਲੈਣ ਲਈ, ਜਦੋਂ ਖਾਣਾ ਵੱਧ ਨਹੀਂ ਕਬੂਤਰਾਂ ਨੂੰ ਪਾਉਣ ਲਈ। ਅੱਛਾ, ਕਿ ਅੱਜ ਤੂੰ ਪਾ ਚੱਲਿਆ, ਕੱਲ ਕਿੰਨੇ ਪਾਉਣਾ ਹੈ, ਕਿਹੜੀ ਤੂੰ ਆਦਤ ਪਾਉਣ ਡਿਆ ਇਹਨਾਂ ਨਾਲ, ਕੋਈ ਮਤਲਬ ਇਸ ਤਰੀਕੇ ਕਿਉਂ, ਮਤਲਬ ਜਾਨਵਰਾਂ ਤੱਕ ਨੂੰ ਫ੍ਰੀ ਨਹੀਂ ਦਿੱਤਾ ਜਾਂਦਾ ਵੀ ਉਹਦੀ ਰੁਟੀਨ ਜਾਂ ਉਹ ਵਰਕ ਕਲਚਰ ਨਾ ਖਾਣ ਦੇ ਬੰਦੇ ਇੱਥੇ ਦਾ ਆਟੇ ਦਾਲ ਤੇ ਲਾ ਦਿੱਤੇ ਯਾਰ, ਸਹੀ ਗੱਲ ਹੈ। ਮਤਲਬ ਕਿੱਥੇ ਜਾਵਾਂਗੇ ਅਸੀਂ, ਕਿਸ ਤਰ੍ਹਾਂ ਆਪਣੇ ਸਿਸਟਮ ਨੂੰ, ਕਿਸ ਤਰ੍ਹਾਂ ਆਪਣੇ ਸੂਬੇ ਨੂੰ ਬਚਾਵਾਂਗੇ। ਮੈਨੂੰ ਹੁਣ ਸਾਰਿਆਂ ਹੀ ਆਫਰ ਕੀਤੀ ਸੀ, ਹਨਾ, ਦੋ ਵਾਲ ਤੇ ਮੈਂ ਧਿਆਨ ਹੀ ਨਹੀਂ ਨਾ ਕਰਦਾ ਜਿਹਨਾਂ ਦਾ ਪੁਰਾਣਾ ਮਤਲਬ ਅਕਾਲੀ ਕਾਂਗਰਸ, BJP ਸੀ, ਝਾੜੂ ਸੀ ਇਲੈਕਸ਼ਨ, ਮੈਂ ਤਾਂ ਕਿਹਾ ਯਾਰ ਪੰਜਾਬ ਲਈ ਕੋਈ ਸਹਿਰਦਤਾ ਵਿਖਾ ਦਿਓ। ਤੁਹਾਨੂੰ ਪਤਾ 2022 ਵੀ ਇਹਨਾਂ ਮੈਨੂੰ ਢਿੱਲ ਤਾਂ ਹੀ ਹੋਰ ਲਾਇਆ ਸੀ ਇਲੈਕਸ਼ਨ, ਮੈਂ ਸਿੰਪਲ ਇੱਕ ਗੱਲ ਕਹੀ ਸੀ ਕਿ ਮੈਨੂੰ ਜੋ ਚੋਣ ਮੈਨੀਫੈਸਟੋ ਦਾ ਸੋਰਸ ਦੱਸ ਦਿਓ, ਅੱਜ ਤੱਕ ਨਿਕਲਿਆ ਸੋਰਸ ਉਹਦਾ,
ਨਹੀਂ ਫਿਰ ਝੂਠਾ ਹੀ ਪੈਂਦਾ ਨਾ ਲੋਕਾਂ, ਜਿਸ ਤਰ੍ਹਾਂ ਇਹਨਾਂ ਦੇ ਤੋਏ ਤੋਏ ਕੁੱਤੇ ਕੁੱਤੇ ਹੋਣ ਡੀ ਤੇ ਆਪਣੇ ਵੀ ਕਰਾਉਂਦਾ ਨਾ, ਉਹ ਤਾਂ ਫਿਰ ਜ਼ਮੀਰ ਮਾਰਨ ਵਾਲੀ ਗੱਲ ਹੈ ਨਾ। ਮੈਂ ਹੁਣ ਵੀ ਕਹਿ ਰਿਹਾ ਕਿ ਬੀਜੇਪੀ ਨੂੰ ਮੈਂ ਤੁਹਾਡੇ ਨਾਲ ਆਉਣ ਨੂੰ ਤਿਆਰ ਹਾਂ। ਮੈਂ ਅਧਨਾ ਜਿਹਾ ਬੰਦਾ, ਪ੍ਰਧਾਨ ਮੰਤਰੀ ਤਾਂ ਦੇਸ਼ ਦੀ ਬੜੀ ਵੱਡੀ ਇਲੈਕਸ਼ਨ ਹੈ ਯਾਰ, ਮਤਲਬ ਤੁਹਾਡੇ ਲਈ ਡਫਲੀ ਵਜਾਵਾਂਗੇ ਗਲੀ ਗਲੀ ਜਾ ਕੇ, ਪਰ ਸੂਬੇ ਲਈ ਕੁਛ ਕਰੋ ਤਾਂ ਸਹੀ ਯਾਰ। ਮੈਂ ਉਦੋਂ ਵੀ ਝਾੜੂ ਵਾਲੇ ਨੂੰ ਕਿਹਾ ਸੀ, ਮੈਂ ਕਿਹਾ ਤੁਸੀਂ ਮੈਨੂੰ ਲੜਾਉਣਾ ਚਾਹੁੰਦੇ ਹੋ, ਤੁਸੀਂ ਮੈਨੂੰ ਕੈਂਡੀਡੇਟ ਦੱਸੋ ਕਿ ਸੀਐਮ ਦਾ ਕੈਂਡੀਡੇਟ ਕੌਣ ਹੈ, ਔਰ ਯਕੀਨ ਕਰਿਓ ਮੈਂ ਤੁਹਾਨੂੰ ਪੁਰਾਣੀਆਂ ਇੰਟਰਵਿਊ ਕੱਢ ਲਿਓ। ਮੈਂ ਕਿਹਾ ਜੇ ਤੁਸੀਂ ਭਗਵੰਤ ਮਾਨ ਦਾ ਨਾਂ ਲੈਂਦੇ ਹੋ ਨਾ ਤੇ ਨਹੀਂ, ਮੈਂ ਉਹਨੂੰ ਠੀਕ ਹੈ, ਮੈਨੂੰ ਲੀਡਰ ਗਿਣਦਾ ਹੋਊਗਾ ਉਹਨੂੰ, ਮੈਂ ਮਤਲਬ ਸਪੀਕਰ ਵਧੀਆ ਗਿਣਦਾ ਹੋਊਗਾ, ਸਪੋਕਸ ਪਰਸਨ ਵਧੀਆ ਹੈ ਨਾ, ਮੈਨੂੰ ਤੁਸੀਂ ਇਹ ਦੱਸ ਦਿਓ ਬਤੌਰ ਉਹਨੂੰ ਸੀਐਮ ਮੈਂ ਕਦੀ ਵੇਖਿਆ ਨਹੀਂ ਉਹ ਰਿਜ਼ਲਟ। ਜਿਹੜੇ ਮੇਰੀ ਮਤਲਬ ਜ਼ਿੰਦਗੀ ਦੀ ਪਹਿਲੀ ਗਲਤੀ ਹੈ ਕਿ ਮੈਂ ਬਹੁਤ ਘਟੀਆ ਬੰਦੇ ਦੇ ਉੱਤੇ ਮਤਲਬ ਵਿਸ਼ਵਾਸ ਕਰ ਲਿਆ, ਔਰ ਮੈਂ ਤੁਹਾਨੂੰ ਦੱਸਦਾ ਵੀ ਦੋ ਕਮੇਡੀਅਨ ਜਿਹਨਾਂ ਆਪੋ ਆਪਣਾ ਰੀਜ਼ਨ ਹੀ ਤਬਾਹ ਕਰ ਦਿੱਤਾ। ਇੱਕ ਯੂਕਰੇਨ ਵਾਲਾ ਕਮੇਡੀਅਨ ਸੀਗਾ ਤੇ ਉਹਨੇ ਦੇਸ਼ ਹੀ ਤਬਾਹ ਹੋ ਗਿਆ ਆਪਣੇ ਫੋਕਰਪੁਣੇ ਦੇ ਵਿੱਚ, ਹੈਂਕੜ ਜੇ ਤੁਹਾਨੂੰ ਪਤਾ ਤੂੰ ਉਹਦਾ ਮੱਥਾ ਹੀ ਨਹੀਂ ਲਾ ਸਕਦਾ। ਤੇ ਸੇਮ ਇੱਥੇ ਸਾਡੇ ਵਾਲਾ ਜਿਹੜਾ ਕਮੇਡੀਅਨ ਹੈ, ਅੱਜ ਤੁਸੀਂ ਸਟੇਟ ਦੇ ਹਾਲਾਤ ਤੇ ਦੇਖੋ ਯਾਰ, ਜਦੋਂ ਬੀਜੇਪੀ ਤੁਹਾਨੂੰ ਬਾਈ ਕਨਵਿੰਸ ਕਰਦੀ ਆ ਜੀ, ਤੁਹਾਡਾ ਵੀ ਮਨ ਹੁੰਦਾ ਕਈ ਵਾਰੀ ਕਿ ਹਾਂ ਮੈਂ ਜੁਆਇਨ ਕਰਾਂ ਜੀ, ਜਦੋਂ ਤੁਸੀਂ ਪੰਜਾਬ ਲਈ ਪੁੱਛਦੇ ਹੋ ਕਿ ਪੰਜਾਬ ਨੂੰ ਕੀ ਦੇ ਸਕਦੇ ਹੋ ਜਾਂ ਤੁਸੀਂ ਕੀ ਚਾਹੁੰਦੇ ਹੋ ਕਿ ਬੀਜੇਪੀ ਪੰਜਾਬ ਨੂੰ ਕੀ ਦੇਵੇ, ਤੁਸੀਂ ਜੁਆਇਨ ਕਰ ਲਓ। ਮੈਂ ਇੱਕ ਗੱਲ ਦੇਖੋ, ਤੁਸੀਂ ਹਰ ਸਟੇਟਮੈਂਟ ਤੇ ਹਰ ਪੋਲੀਟੀਸ਼ੀਅਨ ਨੂੰ ਮੈਂ ਕਹੀ ਇਹਨਾਂ ਦੇ ਨੂੰ ਕਿ ਤੁਸੀਂ ਐਟ ਏ ਟਾਈਮ ਸਾਨੂੰ ਕੁਛ ਵੀ ਨਹੀਂ ਦੇ ਸਕਦੇ, ਤੁਸੀਂ ਮੈਨੂੰ ਲਾਰਾ ਲਾ ਸਕਦੇ ਹੋ ਪੰਜਾਬ 'ਚ, ਇੰਡਸਟਰੀ ਲਿਆਵਾਂਗੇ ਪੰਜਾਬ 'ਚ, ਇੱਕ ਕੰਮ ਤੇ ਤੁਸੀਂ ਐਟ ਏ ਟਾਈਮ ਕਰ ਸਕਦੇ ਹੋ ਨਾ ਜੀ, ਸਾਡਾ ਬਾਰਡਰ ਖੋਲ ਦਿਓ। ਔਰ ਉਹ ਤਰਕ ਕੀ ਦਿੰਦੇ ਨੇ ਕਰਨ, ਅਸੀਂ ਨਾ ਪਾਕਿਸਤਾਨ ਤਬਾਹ ਕਰਨਾ। ਅੱਛਾ, ਮੈਂ ਕਿਹਾ ਜੀ ਤੁਸੀਂ ਫਿਰ ਇੱਕ ਤੀਰ ਨਾ ਦੋ ਨਿਸ਼ਾਨੇ ਮਾਰ ਰਹੇ ਹੋ, ਇਕੱਲਾ ਪਾਕਿਸਤਾਨ ਨਹੀਂ ਤਬਾਹ ਹੋ ਰਿਹਾ, ਪੰਜਾਬ ਵੀ ਤਬਾਹ ਹੋ ਰਿਹਾ, ਤੁਹਾਡੇ ਤੇ ਦੋਵੇਂ ਮੰਤਵ ਵੱਲ ਹੋ ਰਹੇ ਨੇ ਯਾਰ। ਇਹ ਬਾਰਡਰ ਖੁੱਲ ਜਾਵੇ ਠੀਕ ਹੈ, ਇੱਥੇ ਦੁਨੀਆਂ ਭਰ ਦੀਆਂ ਕੰਪਨੀਆਂ ਆ ਜਾਣਗੀਆਂ, ਹਾਂਡਾ ਹੰਡਾਈ ਜਿਹੜੀਆਂ ਵੀ ਵੱਡੀਆਂ ਵੱਡੀਆਂ ਅੱਗੋ ਦੇਸ਼ਾਂ ਨਾਲ ਵਪਾਰ ਚੱਲਣਾ। ਇਹ ਹੁਣ ਮੈਨੂੰ ਪਤਾ ਲੱਗਾ ਕਿ ਪੋਰਟ ਜਿਹੜਾ ਹੈ ਸਾਡਾ ਬਾਰਡਰ ਹੈ ਅਡਾਨੀ ਨੂੰ ਦੇ ਦਿੱਤਾ। ਮੈਂ ਕਿਹਾ ਸੀ ਅਡਾਨੀ ਨੂੰ ਦਿਓ, ਅਬਾਨੀ ਨੂੰ ਦਿਓ, ਦਮਾਨੀ ਨੂੰ ਦਿਓ, ਉਹਦੇ ਨਾਲ ਕੋਈ ਟੈਨਸ਼ਨ ਨਹੀਂ, ਖੋਲੋ ਤੇ ਸਹੀ ਨਾ। ਪਰ ਹੁਣ ਜੋ ਮੈਨੂੰ ਪਤਾ ਲੱਗਾ ਕੋਈ ਬੋਲਣ ਨੂੰ ਤਿਆਰ ਨਹੀਂ, ਇਹ ਕੈਂਡੀਡੇਟ ਸਾਹਿਬ ਵੀ ਆਏ ਨੇ, ਏਡੀ ਵੱਡੀ ਤਾਕਤ ਮਤਲਬ ਰਹੇ ਨੇ ਦੇਸ਼ ਦੀ, ਇੱਥੇ ਕੋਈ ਹੁਣ ਉਹਨੂੰ ਬਣਾ ਰਹੇ ਨੇ ਡਰਾਈ ਪੋਰਟ ਕਿ ਕੰਟੇਨਰ ਸਿਰਫ ਉਤਰੂਗਾ ਇੱਥੇ, ਇੱਥੇ ਵਪਾਰ ਚੱਲਣਾ ਚਾਹੀਦਾ, ਇੱਥੇ ਕੰਟੇਨਰ ਉਤਰੂਗਾ। ਮੰਨ ਲਓ ਕੰਟੇਨਰ ਦੇ ਵਿੱਚ ਵਰਤਣ ਵਾਲਾ ਸਮਾਨ ਅੰਮ੍ਰਿਤਸਰ ਦਾ, ਉਹ ਚੀਜ਼ ਦੀ ਖਪਤ ਅੰਮ੍ਰਿਤਸਰ 'ਚ ਹੋਣੀ ਹੈ, ਉਹਨੂੰ ਇੱਥੇ ਨਹੀਂ ਖੋਲਿਆ ਜਾਊਗਾ, ਉਹ ਕੰਟੇਨਰ ਇੱਥੇ ਉਤਰੂਗਾ, ਸਿਰਫ ਇਹਨੂੰ ਮਤਲਬ ਆਵਾਜਾਈ ਦਾ ਰਸਤਾ ਬਣਾਇਆ ਜਾਊਗਾ, ਉਹ ਦਿੱਲੀ ਜਾਊਗਾ, ਦਿੱਲੀ ਤੋਂ ਫਿਰ ਅੰਮ੍ਰਿਤਸਰ ਨੂੰ ਸਪਲਾਈ ਹੋਊਗਾ। ਇਹ ਮਤਲਬ ਆ ਹੁਣ ਜਿਹੜੇ ਕੈਂਡੀਡੇਟ ਆਏ ਨੇ, ਮਤਲਬ ਬੜਾ ਪਿਛੋਕੜ ਅਕਾਲੀ ਹੈ ਜੀ ਇਹਨਾਂ ਦਾ, ਹਾਂ ਸਮੁੰਦਰੀ ਸਾਹਿਬ ਦਾ, ਔਰ ਆ ਕੇ ਕਹਿੰਦੇ ਨੇ ਕਿ ਮੈਂ ਅੰਮ੍ਰਿਤਸਰ ਦਾ। ਇਸ ਤੋਂ ਪਹਿਲਾਂ ਜੇਤਲੀ ਸਾਹਿਬ ਆਏ ਸੀਗੇ, ਬਿਲਕੁਲ, ਉਹ ਕਹਿੰਦੇ ਜੀ ਮੇਰੇ ਭੂਆ ਜੀ ਇੱਥੋਂ ਦੇ ਨੇ, ਸ਼ਦਾਈ ਬਣ ਨੂੰ ਰਹਿ ਗਏ, ਤੁਸੀਂ ਆ ਕੇ ਕਹਿ ਰਹੇ ਹੋ ਕਿ ਮੈਂ ਇੱਥੋਂ ਦਾ ਵਾਂ, ਤੇ ਮੈਂ ਫਿਰ ਕਿਹਾ ਇੱਕ ਦਿਨ, ਮੈਂ ਕਿਹਾ ਯਾਰ ਮੇਰੇ ਦਾਦਾ ਜੀ ਪਾਕਿਸਤਾਨ ਦੇ ਸੀਗੇ ਤੇ ਮੈਂ ਉੱਥੋਂ ਇਲੈਕਸ਼ਨ ਲੜਨਾ ਜਾ ਕੇ, ਤੁਸੀਂ ਇੰਨੀ ਪਾਵਰ 'ਚ ਰਹੇ ਹੋ, ਉਦੋਂ ਅੰਮ੍ਰਿਤਸਰ ਲਈ ਕੀ ਕੀਤਾ ਤੁਸੀਂ, ਉਦੋਂ ਤੁਹਾਡਾ ਕੋਈ ਵੀ ਵਿਜ਼ਿਟ ਅੰਮ੍ਰਿਤਸਰ ਹੋਇਆ, ਤੁਸੀਂ ਕੋਈ ਇਹਦਾ ਦਰਦ ਜਾਣਨ ਦੀ ਕੋਸ਼ਿਸ਼ ਕੀਤੀ, ਤੁਸੀਂ ਸਰਕਾਰ ਨੂੰ ਕੋਈ ਸੁਝਾਅ ਦਿੱਤਾ ਕਿ ਆਹ ਕੰਮ ਕਰ ਲਈਏ, ਅੱਜ ਯਾਰ ਇਲੈਕਸ਼ਨ ਹੈ ਤੇ ਅੱਜ ਆਪਾਂ ਅੰਮ੍ਰਿਤਸਰ ਦੇ ਹੋ ਗਏ, ਮਤਲਬ ਇਹ ਕਿੱਥੇ ਕੀ ਕਿਸ ਤਰ੍ਹਾਂ ਤੁਸੀਂ ਕੁਛ ਕਰੋ, ਮੈਂ ਤੁਹਾਡੇ ਨਾਲ ਆਉਣ ਨੂੰ ਤਿਆਰ ਹਾਂ, ਮੈਨੂੰ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਟਿਕਟ ਤੋਂ, ਹਾਂ ਤੁਹਾਡੀ ਡਫਲੀ ਵਜਾਵਾਂਗੇ ਯਾਰ, ਮਤਲਬ ਗਲੀ ਗਲੀ ਸਪੀਕਰ ਬਣ ਕੇ ਤੁਹਾਡੇ ਪੱਜੇ ਫਿਰਾਂ।